ਕਵਿਤਾਵਾਂ ਤੇ ਗੀਤ ਆਪਾਂ ਸਰਵਣ ਕੀਤੇ। 18 ਜਨਵਰੀ 1872 146 ਸਾਲ ਪਹਿਲੇ ਸਤਰੂ ਰਾਮ ਸਿੰਘ ਜੀ ਨੂੰ ਜਨਾਬਦਨ ਕੀਤਾ ਗਿਆ। ਬੰਗਾਲ ਰੈਗੂਲੇਸ਼ਨ ਐਕਟ 1818 ਦਾ ਲਗਾ ਕੇ ਸਤਿਗੁਰੂ ਜੀ ਨੂੰ ਜਨਾਬਦਨ ਕੀਤਾ ਗਿਆ। ਇਹ ਐਕਟ ਬਣਿਆ 1818 'ਚ ਅਤੇ ਪਹਿਲੀ ਵਾਰ ਵਰਤਿਆ ਗਿਆ 1872 'ਚ, 54 ਸਾਲ ਬਾਅਦ। ਸਰਕਾਰ ਦੇ ਮਨ ਦਾ, ਉਸ ਸਮੇਂ ਦੀ ਸਰਕਾਰ, ਅੰਗਰੇਜ਼ ਸਰਕਾਰ ਦੇ ਮਨ ਦਾ ਭੈ, 3 ਸਾਲ ਤੱਕ ਪਤਾ ਹੀ ਨਹੀਂ ਸਤਿਗੁਰੂ ਜੀ ਨੂੰ ਕਿੱਥੇ ਲੈ ਕੇ ਗਏ, ਇੰਨਾ ਸੀਕ੍ਰੇਟ ਹੀ। ਔਰ ਜਿਵੇਂ ਲੈ ਕੇ ਗਏ, 17 ਜਨਵਰੀ ਸ਼ਾਮੀ ਮਲੇਰਕੋਟਲੇ 50 ਸਿੱਖ ਸ਼ਹੀਦ ਹੋਏ ਰਾਤੋ ਰਾਤ। 18 ਤਰੀਕ ਨੂੰ ਅਰਲੀ ਮੋਰਨਿੰਗ ਸੱਚੇ ਪਾਤਸ਼ਾਹ ਜੀ ਨੂੰ ਲੈ ਗਏ। 18 ਨੂੰ 16 ਸਿੱਖ ਹੋਰ ਮਲੇਰਕੋਟਲੇ ਸ਼ਹੀਦ। ਸਤਿਗੁਰੂ ਜੀ ਤੋਂ ਉਸ ਸਮੇਂ ਦੀ ਸਰਕਾਰ ਨੂੰ ਕਾਲ ਵਰਗਾ ਪੈ ਸੀ। ਸਤਿਗੁਰੂ ਜੀ ਤੋਂ ਉਸ ਸਮੇਂ ਦੀ ਸਰਕਾਰ ਨੂੰ ਕਾਲ ਵਰਗਾ ਪੈ ਸੀ। ਜੇ ਅਸੀਂ ਸਿਰਫ ਨੰਬਰ ਲਈਏ ਗਿਣਤੀ, 12 ਅਪ੍ਰੈਲ 1857 ਸਤਿਗੁਰੂ ਰਾਮ ਸਿੰਘ ਜੀ ਸੰਤ ਖਾਲਸੇ ਦੀ ਸਾਜਨਾ ਕਰਦੇ ਨੇ ਅਤੇ 1871 14 ਸਾਲ ਦੇ ਗੈਪ 'ਚ, ਸਿਰਫ 14 ਸਾਲ ਦੇ ਗੈਪ 'ਚ 10 ਲੱਖ ਨਾਮਧਾਰੀਆਂ ਦੀ ਗਿਣਤੀ 10 ਲੱਖ, ਸਿਰਫ 14 ਸਾਲ ਦੇ ਵਿੱਚ 10 ਲੱਖ। ਜੇ ਅਸੀਂ ਨੰਬਰਸ ਦੇ ਹਿਸਾਬ ਨਾਲ ਦੇਖੀਏ, ਅੱਜ ਦੇ 21st ਸੈਂਚਰੀ ਡਿਜੀਟਲ ਏਜ ਦੇ ਵਿੱਚ ਫੇਸਬੁੱਕ, ਲਿੰਕਡਇਨ ਅਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਨੇ, ਉਹਨਾਂ ਨੂੰ ਵਰਤ ਕੇ ਵੀ ਅਸੀਂ ਇੰਨੀ ਵੱਡੀ ਗਿਣਤੀ ਦੇ ਆਪਣੇ ਫੋਲੋਅਰ, ਇੰਨੀ ਵੱਡੀ ਗਿਣਤੀ ਦੇ ਕੰਟੈਕਟਸ ਨਹੀਂ ਲੈ ਸਕਦੇ। ਇੱਕ ਦਿਨ ਦੇ ਵਿੱਚ 200 ਤੋਂ ਵੱਧ ਨਾਮਧਾਰੀ ਜਿਹੜੇ ਨੰਬਰ ਸੀ ਆਪਾਂ ਗੱਲ ਕੀਤੀ, ਇੱਕ ਦਿਨ ਦੇ ਵਿੱਚ 200 ਤੋਂ ਵੱਧ ਅਸੀਂ ਇੰਨੇ ਜਣਿਆਂ ਨੂੰ ਮਿਲਦੇ ਨਹੀਂ ਹਾਂ, ਅਸੀਂ ਇੰਨੇ ਜਣਿਆਂ ਨੂੰ ਜਾਣਦੇ ਨਹੀਂ ਹਾਂ ਜਿੰਨੇ ਸਤਿਗੁਰੂ ਜੀ ਦੇ ਪੈਰੋਕਾਰ ਬਣ ਗਏ। ਸਤਿਗੁਰੂ ਜੀ ਦੀ ਕੈਰਿਸਮੈਟਿਕ ਪਰਸਨੈਲਿਟੀ ਸੀ, ਮਿਕਨਾਤੀ ਸੀ, ਮੈਗਨੈਟਿਕ। ਗੁਲਾਮ ਦੀ ਜਲੰਧਰੀ ਲਿਖਦਾ ਹੈ, ਜਿਹੜੀ ਗਲੀ ਚੋਂ, ਜਿਹੜੇ ਪਿੰਡ ਚੋਂ ਨਿਕਲ ਕੇ, ਪਿੰਡਾਂ ਦੇ ਪਿੰਡ, ਗਲੀਆਂ ਦੀਆਂ ਗਲੀਆਂ, ਮੋਜਿਆਂ ਦੇ ਮੋਜੇ, ਕੂਕਾ ਬਣਦਾ। ਸਤਿਗੁਰੂ ਰਾਮ ਸਿੰਘ ਜੀ ਨੇ ਜੋ ਸਾਨੂੰ ਦਿੱਤਾ, ਅਸੀਂ ਉਹਨੂੰ ਬ੍ਰੌਡਲੀ 3 ਨਜ਼ਰੀਏ ਤੋਂ ਵੇਖਣਾ ਚਾਹੀਏ, ਸੋਸ਼ਲ ਸਮਾਜਿਕ ਪਰਸਪੈਕਟਿਵ ਤੋਂ, ਦੂਸਰਾ ਰਿਲੀਜੀਅਸ ਧਾਰਮਿਕ ਨਜ਼ਰੀਏ ਤੋਂ, ਅਤੇ ਤੀਸਰਾ ਪੋਲੀਟੀਕਲ ਰਾਜਨੈਤਿਕ ਨਜ਼ਰੀਏ ਤੋਂ। ਸੋਸ਼ਲ ਨਜ਼ਰੀਏ ਤੋਂ ਸਮਾਜ ਸਾਡਾ, ਸਮਾਜ ਦੇ ਵਿੱਚ ਕਈ ਕੁਰੀਤੀਆਂ ਸਮੇਂ ਨਾਲ ਆਉਂਦੀਆਂ ਨੇ, ਆ ਜਾਂਦੀਆਂ, ਉਹਨਾਂ ਨੂੰ ਦੂਰ ਕੀਤਾ। ਕਿਸ ਤਰ੍ਹਾਂ ਦੀਆਂ ਕੁਰੀਤੀਆਂ? ਆਪਾਂ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਗਰਾਮ, ਉਹਦੇ ਬਾਰੇ ਆਉਂਦੇ ਜਾਂਦੇ ਹਰਿਆਣਾ 'ਚ ਜਦੋਂ ਦਿੱਲੀ ਜਾਂਦੇ ਹਾਂ, ਸਪੈਸੀਫਿਕਲੀ ਬੇਟੀ ਬਚਾਓ ਬੇਟੀ ਪੜ੍ਹਾਓ, ਸਤਿਗੁਰੂ ਜੀ 150 ਸਾਲ ਪਹਿਲੇ ਹੁਕਮ ਕਰਦੇ ਨੇ, ਜਿਹੜਾ ਲੜਕੀ ਮਾਰੇ, ਵੇਚੇ, ਵੱਟਾ ਕਰੇ, ਉਹਦੇ ਹੱਥ ਦਾ ਵੀ ਨਹੀਂ ਵਰਤਣਾ, ਇੰਨਾ ਸਖਤ ਹੁਕਮ ਐਸੇ ਲੋਕਾਂ ਲਈ ਜੋ ਲੜਕੀ ਮਾਰੇ, ਬੇਟੇ ਵੱਟਾ, ਵੇਚੇ ਵੱਟਾ ਕਰੇ। ਪੜ੍ਹਾਈ ਬਾਰੇ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਾਡੇ ਕੋਲ,
ਅੱਖਰ ਪੜ੍ਹਾਏ ਦੇਣ ਲੜਕੇ ਲੜਕੀ ਨੂੰ, ਦੋਨੋਂ ਨੂੰ, ਲੜਕਿਆਂ ਨੂੰ ਵੀ ਲੜਕੀਆਂ ਨੂੰ। 150 ਸਾਲ ਪਹਿਲੇ ਸੱਚੇ ਪਾਤਸ਼ਾਹੀ ਦੇ ਹੁਕਮ ਨੇ, ਸਰਕਾਰਾਂ ਅੱਜ ਇਸ ਪਾਸੇ ਸਜਗ ਹੋ ਕੇ ਚੱਲ ਰਹੀਆਂ। ਕਈ ਵਾਰ ਗੱਲ ਕਰਦਾ ਮੈਰੀਜੇਬਲ ਏਜ ਦੀ, ਚਾਈਲਡ ਮੈਰਿਜ, ਉਸ ਸਮੇਂ ਇਹ ਕੁਰੀਤੀ ਵੀ ਸਾਡੇ ਸਮਾਜ ਵਿੱਚ ਸੀ। ਸਤਿਗੁਰੂ ਰਾਮ ਸਿੰਘ ਜੀ 150 ਸਾਲ ਪਹਿਲੇ ਉਹਨਾਂ ਦੇ ਹੁਕਮਨਾਮਿਆਂ ਜਾਂਦਾ 15-16 ਵਰਸ ਤੇ ਘੱਟ ਲੜਕੀ ਕੋਈ ਨਾ ਮਿਲਿਆ। ਜਿਹੜੀ ਇਸ ਟਾਈਮ ਮੈਰੀਜੇਬਲ ਏਜ ਸਰਕਾਰ ਵੱਲੋਂ, ਕਾਨੂੰਨ ਵੱਲੋਂ ਹੈ, ਬੇਖਰ 1972 'ਚ ਸ਼ਾਰਦਾ ਕਮਿਸ਼ਨ ਉਹਨੇ ਇਹ ਏਜ 18 ਸਾਲ ਕੁੜੀਆਂ ਦੀ, 21 ਸਾਲ ਮੁੰਡਿਆਂ ਦੀ। ਉਹਦੀ ਪਹਿਲੀ ਜਿਹੜੀ ਰਿਵੀਜ਼ਨ ਸੀ ਸ਼ਾਰਦਾ ਕਮਿਸ਼ਨ ਦੀ, ਸ਼ਾਇਦ 1932-33 ਦੀ, ਉਹਨੇ 15 ਸਾਲ ਮੰਨੇ। ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ, ਜਦੋਂ ਸਤਿਗੁਰੂ ਰਾਮ ਸਿੰਘ ਜੀ ਇੱਥੇ ਸੀਗੇ ਕੁਈਨ ਵਿਕਟੋਰੀਆ ਦੇ ਰੂਲ ਵਿੱਚ, ਉਦੋਂ 10 ਸਾਲ ਏਜ ਸੀ। ਉਸ ਤੋਂ ਬਾਅਦ ਉਹਨੂੰ ਵਧਾ ਕੇ 13 ਸਾਲ ਕੀਤਾ ਗਿਆ, ਫਿਰ ਅੱਗੇ ਸ਼ਾਰਦਾ ਕਮਿਸ਼ਨ ਦੀ ਆਪਾਂ ਗੱਲ ਕਰ ਚੁੱਕੇ। ਪਰ ਸਤਿਗੁਰੂ ਜੀ 150 ਸਾਲ ਪਹਿਲੇ ਸਾਨੂੰ ਇਹ ਕਹਿੰਦੇ ਨੇ ਕਿ 15-16 ਵਰਸ ਤੇ ਪੂਰੇ ਮਤਲਬ ਘੱਟ ਲੜਕੀ ਕੋਈ ਨਾ ਮਿਲਿਆ। ਇਹ ਕੁਝ ਪਰਸਪੈਕਟਿਵ ਨੇ ਸੋਸ਼ਲ ਅਪਲਿਫਟਮੈਂਟ ਦੀ, ਲੋਕਾਂ ਦਾ ਆਪਣਾ ਰਹਿਣੀ ਬਹਿਣੀ ਮਿਆਰ ਉੱਚਾ ਹੋਵੇ, ਨਾਮ ਸਿਮਰਨ ਕੀਤਿਆਂ ਮਨ 'ਚ ਸਾਡੇ ਤਾਕਤ ਆਉਂਦੀ, ਅਸੀਂ ਕਿਸੇ ਵੀ ਪਰਿਸਥਿਤੀ ਦੇ, ਕਿਸੇ ਵੀ ਔਕੜ ਦੇ ਖਿਲਾਫ ਇਕੱਠੇ ਹੋ ਸਕਦੇ, ਆਪਣੇ ਆਪ ਨੂੰ ਖੜਾ ਕਰ ਸਕਦੇ। ਸੋਸ਼ਲ ਪਰਸਪੈਕਟਿਵ ਦੀ ਆਪਾਂ ਬਰੀਫ ਗੱਲ ਕੀਤੀ ਹੈ। ਦੂਜਾ ਨਜ਼ਰੀਆ ਹੈ ਰਿਲੀਜੀਅਸ ਪਰਸਪੈਕਟਿਵ, ਧਾਰਮਿਕ ਨਜ਼ਰੀਆ, ਯਾਨੀ ਗਿਆਨ ਸਿੰਘ ਦੀਆਂ ਲਿਖਤਾਂ ਆਪਣੇ ਕੋਲ ਹੈ ਹੀ, ਜਾਗ ਜਿਨ ਕੇ ਵਡੇਰੇ ਬਾਣੀ ਪੜ੍ਹਦੇ ਸਵੇਰੇ, ਇਹਨਾਂ ਦੇ ਵਡੇਰੇ ਬਾਣੀ ਪੜ੍ਹਦੇ ਸੀਗੇ, ਹੁਣ ਜਿਹੜਾ ਹੈ ਉਹ ਕੁਛ ਵੀ ਨਹੀਂ ਕਰਦਾ। ਸਤਿਗੁਰੂ ਰਾਮ ਸਿੰਘ ਜੀ ਨੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਨੇ ਪਹਿਲੀ ਵਾਰ ਦਰਬਾਰ ਸਾਹਿਬ ਦੀ ਪ੍ਰਿੰਟਿੰਗ ਕਰਵਾਈ, ਆਫਤਾ ਪ੍ਰੈਸ ਲਾਹੌਰ, ਬੂਟਾ ਸਿੰਘ ਦੀ ਪ੍ਰੈਸ, ਉਸ ਪ੍ਰੈਸ ਤੋਂ ਪੱਥਰ ਦੇ ਛਾਪੇ ਨਾਲ ਸਭ ਤੋਂ ਪਹਿਲੀ ਵਾਰ ਦਰਬਾਰ ਸਾਹਿਬ, ਪੂਰੇ ਦਰਬਾਰ ਸਾਹਿਬ ਦੀ ਪ੍ਰਿੰਟਿੰਗ ਹੋਈ। ਉਹ ਮਾਇਆ ਸ੍ਰੀ ਭੈਣੀ ਸਾਹਿਬ ਤੋਂ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਨਾਲ ਹੋਈ, ਤਾਂ ਕਿ ਲੋਕ ਬਾਣੀ ਪੜ੍ਹਨ, ਬਾਣੀ ਸਮਝਣ, ਬਾਣੀ 'ਤੇ ਚੱਲਣ,